इतिहास नगरी श्री मुक्तसर साहब विच सफाई लई शुरू की गई मुहिम। श्री मुक्तसर साहब के विधायक जगदीप सिंह काका बराड़ की अगवाई च नगर कौंसल दफ्तर च सफाई कर्मचारियों ने मीटिंग करके नगर कौंसल अधिकारियों की अगवाई च अज शहर की सफाई मुहिम चलाई गई, जिसका फैसला लिया गया। मीटिंग दौरान दस्या गया है कि हफ्ते विच दो दिन शहर दियां मुख सड़कां ते विशेष सफाई मुहिम चलाई जाएगी। उम्मीद रखते हैं कि सफाई सेवकां दे सहयोग नाल असी इस मुहिम नूं वधिया तरीके नाल वधिया ढंग नाल चलावांगे ते आउण वाले समें दे विच शहर नूं बिल्कुल साफ सुथरा बना के रखण दी उपराला करांगे। बीते समय च मुक्तसर जिहड़ा लास्ट नंबर ते रहा, तुसीं पहलां वी गल कीती आ, कई वारी पहलां वी सफाई अभियान शुरू होया पर पहुंचे नहीं सिरे तक, की कहोगे सुनेहा की हैगा? नहीं जी, मैं एक इत्थों बेनती करनी चाहूँगा, जदों भी कोई सफाई अभियान शुरू हुंदा, जदों मेरे अर्गा, मैं किसी नूं नहीं कहना चाहता, मेरे अर्गा कोई लीडर आके उहदी फोटो खिचाउंदा झाड़ू हाथ च फड़ के, प्रेस नूं भी मेरी बेनती है ਉਹਨੂੰ ਇੱਕ ਸਵਾਲ ਜ਼ਰੂਰ ਕਰ ਲਿਆ ਕਰੋ ਕਿ ਬਾਈ ਜੀ ਤੁਸੀਂ ਗਾਸਟਰ ਵਾਲੀਆਂ ਚੱਕੋਗੇ ਕਿ 20 ਚੱਕੋਗੇ ਕਿ 30 ਚੱਕੋਗੇ। ਮੇਰੇ ਵਰਗਾ ਫੋਟੋ ਖਿਚਾਉਂਦਾ ਹੈ ਉਹ ਸਫਾਈ ਮੈਮ ਥੋੜ੍ਹੇ ਥਾਂ 'ਚ ਫੋਟੋ ਮਾਰ ਕੇ ਉਹਦੇ ਨਾਲ ਸਫਾਈ ਬਿਆਨ ਨਹੀਂ ਹੁੰਦਾ। ਸਫਾਈ ਉਦੋਂ ਕਾਮਯਾਬ ਹੋਣੀ ਹੈ ਜਦੋਂ ਸ਼ਹਿਰ ਦਾ ਹਰੇਕ ਵਾਸੀ ਆਪਦੇ ਘਰ ਦੀ ਸਫਾਈ ਦਾ ਜਿਹੜਾ ਕੂੜਾ ਹੈ ਉਹ ਕੂੜੇ ਵਾਲੀ ਥਾਂ 'ਤੇ ਸੁੱਟੂਗਾ। ਸਫਾਈ ਉਦੋਂ ਸਹੀ ਨੇਪਰੇ ਚੜ੍ਹਨੀ ਹੈ ਜਦੋਂ ਕੋਈ ਵੀ ਜਿਹੜਾ ਸਫਾਈ ਅਭਿਆਨ ਸ਼ੁਰੂ ਹੁੰਦਾ ਹੈ ਉਹਦੇ ਦੌਰਾਨ ਇਹ ਗਿਣਤੀ ਹੋਵੇ ਕਿ ਇਹ ਸੰਸਥਾ ਸਫਾਈ ਸ਼ੁਰੂ ਕਰ ਰਹੀ ਹੈ ਅਤੇ 10 ਜਾਂ 20 ਟਰਾਲੀਆਂ ਇਹ ਬਾਹਰ ਸਿੱਟੂਗੀ, ਫਿਰ ਜਾ ਕੇ ਸਫਾਈ ਅਭਿਆਨ ਸ਼ੁਰੂ ਹੋਣਾ। ਜਿਹੜਾ ਸਫਾਈ ਅਭਿਆਨ ਦੇ ਵਿੱਚ ਫੋਟੋ ਕਲਚਰ ਇਕੱਲਾ ਪੈਦਾ ਹੋ ਗਿਆ ਕਿ ਉਹ ਲਗਾਤਾਰ 10 ਫੋਟੋ ਖਿਚਾਈਆਂ, 10 ਮਿੰਟਾਂ ਬਾਅਦ ਉਹ ਸਾਰੇ ਦਾ ਸਾਰਾ ਗਾਇਬ ਹੁੰਦਾ, ਉਸ ਨਾਲ ਸਫਾਈ ਅਭਿਆਨ ਨਹੀਂ ਉਹ ਕਹਿ ਸਕਦੇ, ਉਹ ਤਾਂ ਸੋਸ਼ਲ ਮੀਡੀਆ 'ਤੇ ਐਡ ਹੋ ਗਈ। ਸਫਾਈ ਸੇਵਕਾਂ ਨੂੰ ਅੱਜ ਕਿਸ ਤਰ੍ਹਾਂ ਦੀ ਹਦਾਇਤ ਦਿੱਤੀ ਗਈ ਹੈ? ਸਫਾਈ ਸੇਵਕਾਂ ਨੂੰ ਹਦਾਇਤ ਨਹੀਂ, ਸਫਾਈ ਸੇਵਕ ਸਾਡੇ ਭਰਾ ਹੈ ਕਿ ਅਸੀਂ ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕੀਤੀ ਹੈ ਕਿ ਆਪਾਂ ਆਪਦੇ, ਕਿਉਂਕਿ ਸਾਡੇ ਸ਼ਹਿਰ ਦੇ ਵਾਸੀ ਹੈ, ਅਸੀਂ ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕੀਤੀ ਹੈ ਕਿ ਅਸੀਂ ਆਪਣੇ ਸ਼ਹਿਰ ਨੂੰ ਰਲ ਮਿਲ ਕੇ ਸਾਫ਼ ਕਰਨਾ ਹੈ। ਨਾਲ ਹੀ ਉਹਨਾਂ ਨੇ ਸਹਿਯੋਗ ਦਾ ਵਾਅਦਾ ਕੀਤਾ ਕਿ ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਇਵੇਂ ਹੀ ਰਲ ਮਿਲ ਕੇ ਅਸੀਂ ਇਸ ਯੋਗ ਜਿਹੜਾ ਜਿਵੇਂ ਸਫਾਈ ਸੇਵਕਾਂ ਨੇ ਹੁੰਗਾਰਾ ਭਰਿਆ, ਮੈਂ ਉਹਨਾਂ ਦੀ ਉਹਨਾਂ ਨੂੰ ਵਧਾਈ ਦਾ ਪਾਤਰ ਕਹਿੰਦਾ, ਉਹਨਾਂ ਦਾ ਧੰਨਵਾਦ ਕਰਦਾ ਅਤੇ ਇਵੇਂ ਹੀ ਚੱਲਦੇ ਰਹਿਣਗੇ।